ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੰਗ ਨਿਰਣਾਇਕ ਦੌਰ 'ਚ ਦਾਖਲ ਹੋ ਚੁੱਕੀ ਆ। ਬਹੁਤ ਸਖਤ ਪਾਬੰਦੀਆਂ ਬੜੇ ਸਹੀ ਸਮੇਂ ਲੱਗੀਆਂ, ਉਸ ਤੋਂ ਵੀ ਕਿਤੇ ਵੱਧ ਕੇ ਆਪਾਂ ਜਿਹੜੀ ਅਹਤਿਆਤ ਹੈ ਵਰਤਣੀ ਆ। ਲੇਕਿਨ ਕੀ ਹੁਣ ਵਾਇਰਸ ਆਪਣੇ ਘਰ ਨਹੀਂ ਆ ਸਕਦਾ? ਹਾਂ, ਹਲੇ ਵੀ ਬਹੁਤ ਸਾਰੇ ਦਰਵਾਜ਼ੇ ਨੇ, ਆਪਾਂ ਉਹ ਡਿਸਕਸ ਕਰ ਲਈਏ, ਔਰ ਬੜੇ ਸਸਤੇ ਤਰੀਕੇ ਨਾਲ ਉਹਨਾਂ ਨੂੰ ਆਪਾਂ ਰੋਕ ਵੀ ਸਕਦੇ ਹਾਂ। ਰੋਕਣਾ ਜ਼ਰੂਰੀ ਵੀ ਹੈ। ਸਭ ਤੋਂ ਪਹਿਲਾਂ ਦੇਖੀਏ ਇਸ ਵਾਇਰਸ ਦੀ ਤਾਕਤ ਕਿੱਥੇ ਆ। ਇਹ ਇੱਕ ਸ਼ੇਅਰ ਇੰਟੈਲੀਜੈਂਸ ਦਾ ਕੋਡ ਆ। ਆਪਾਂ ਆਪਣੇ 'ਤੇ ਲਾ ਕੇ ਦੇਖੀਏ, ਆਪਣੀ ਮੈਂਟਲ ਇੰਟੈਲੀਜੈਂਸ ਹੁੰਦੀ ਹੈ, ਉਸ ਤੋਂ ਕਿਤੇ ਜ਼ਿਆਦਾ ਆਪਣੀ ਬੋਡੀ ਦੀ ਸਿਸਟਮਿਕ ਇੰਟੈਲੀਜੈਂਸ ਹੈ, ਜਿਹਨੇ ਆਪਣੇ ਬੋਡੀ ਸਿਸਟਮ ਚੱਲਦੇ ਨੇ, ਉਸ ਤੋਂ ਕਿਤੇ ਵੱਧ ਕੇ ਆਪਣੀ ਜਿਹੜੀ ਸੈਲੂਲਰ ਇੰਟੈਲੀਜੈਂਸ ਹੈ, ਜਿੱਥੇ ਆਪਣੇ 1 ਸੈਕਿੰਡ ਦੇ ਵਿੱਚ 6,000 ਅਰਬ ਕੈਮੀਕਲ ਰਿਐਕਸ਼ਨਸ ਹੁੰਦੇ ਨੇ, ਉਹ ਟ੍ਰਿਗਰ ਕਿੱਥੋਂ ਹੁੰਦੇ ਨੇ? DNA ਕਮਾਂਡ ਦਿੰਦਾ ਨਿਊਕਲੀਅਸ ਦੇ ਵਿੱਚੋਂ, ਅਤੇ ਉਹੀ DNA ਜਿਹੜਾ ਹੈ ਇੱਕ ਕੋਡ ਬਣਾ ਕੇ ਭੇਜਦਾ, ਜਿਹਦੇ ਨਾਲ ਪ੍ਰੋਟੀਨਸ ਬਣਦੇ ਨੇ, ਬੋਡੀ ਬਣਦੀ ਹੈ, ਉਹ ਜਿਹੜਾ ਕੋਡ ਦੀ ਫਰੈਗਮੈਂਟ ਨੂੰ RNA ਕਹਿੰਦੇ ਹਾਂ ਆਪਾਂ। ਔਰ ਇਹ ਜਿਹੜਾ ਵਾਇਰਸ ਹੈ ਇਹ ਸੇਮ RNA ਦੀ ਫਰੈਗਮੈਂਟ ਹੈ, ਉਹਦੇ ਨਾਲ ਸਿਮਿਲਰ, ਇੰਨਾ ਤਾਕਤਵਰ ਹੈ ਇਹ, ਰੁਕ ਸਕਦੇ ਇਹਨੂੰ ਅਵੇਅਰਨੈਸ ਨਾਲ, ਅਤੇ ਪੂਰੇ ਤਰ੍ਹਾਂ ਆਪਣੇ ਦਰਵਾਜ਼ੇ ਬੰਦ ਕਰਕੇ। ਮੈਂ ਇੱਕ ਨਵੀਂ ਗੱਲ ਕਰਨ ਲੱਗਿਆ ਆਇਰਨ ਕੇਜਿੰਗ ਦੀ, ਆਪਣੀ ਆਇਰਨ ਕੇਜਿੰਗ ਕਰ ਲਓ ਸੋਸ਼ਲ ਡਿਸਟੈਂਸਿੰਗ ਦੇ ਨਾਲ। ਦੇਖੋ ਆਪਾਂ ਨੂੰ ਸਮਾਂ ਮਿਲਿਆ, ਇਹਨੂੰ ਯੂਜ਼ ਕਰੀਏ। ਕਈ ਵਾਰੀ ਭਲਵਾਨ ਨੂੰ ਘੋਲ ਦੇ ਵਿੱਚ ਏਲਾਂ ਭਾਰਿਆ ਜਾਂਦਾ ਕਿ ਮੇਰਾ ਨੰਬਰ ਪਹਿਲਾਂ ਆ ਗਿਆ ਸੀ, ਆਪਾਂ ਨੂੰ ਤਾਂ ਬਹੁਤ ਪਿੱਛੋਂ ਆਇਆ, ਉਹਨਾਂ ਦਾ ਐਕਸਪੀਰੀਅੰਸ ਤੋਂ ਸਿੱਖਣ ਨੂੰ ਮਿਲਿਆ, ਆਪਾਂ ਨੂੰ ਟਾਈਮ ਮਿਲ ਗਿਆ। ਅਤੇ ਕਈ ਵਾਰੀ ਫੌਜੀ ਚਾਂਸ ਐਕਸਪੋਜ਼ਰ ਦੇ ਬੈਠਦਾ ਅਤੇ ਕੋਈ ਸਟੇਬਲ ਉਟਾਕੇ ਉਹਨੂੰ ਪ੍ਰੈਸ ਕਰ ਜਾਂਦੀ ਹੈ, ਪਛਤਾਵਾ ਰਹਿ ਜਾਂਦਾ। ਆਪਾਂ ਇਹ ਨਹੀਂ ਹੋਣ ਦੇਣਾ। ਉਹ ਆਇਰਨ ਕੇਜਿੰਗ ਕਿਵੇਂ ਕਰਨੀ ਹੈ? ਆਪਾਂ ਜਦੋਂ ਘਰੋਂ ਜਾਣਾ, ਕਦੋਂ ਵੀ ਆਪਾਂ ਕੋਈ ਕਰਿਆਨਾ ਗਰੋਸਰੀ ਜਾਂ ATM 'ਤੇ ਪ੍ਰਪੇਅਰ ਹੋ ਕੇ ਜਾਣਾ, ਆਪਣਾ ਮਾਸਕ ਲਾ ਕੇ ਜਾਣਾ, ਆਪਣੇ ਕੋਲ N95 ਹੋਣਾ ਜ਼ਰੂਰੀ ਨਹੀਂ ਹੈ, ਵਿਚਾਰੇ ਹੈਲਥ ਪ੍ਰੋਫੈਸ਼ਨਲਸ ਦੇ ਲਈ ਰਹਿਣ ਦਿਉ, ਆਪਣਾ ਕਰੂਡ ਮਾਸਕ ਤਿਆਰ ਕਰੋ। ਮੈਂ ਪਹਿਲਾਂ ਵੀ ਆਪਣੇ ਫੇਸਬੁੱਕ 'ਤੇ ਪਾਇਆ ਸੀ, ਜਿਹੜੇ ਵਟਸਐਪ 'ਤੇ ਅੱਜ ਦੇਖਣਗੇ ਉਹਨਾਂ ਵਾਸਤੇ ਪਰਮਿੰਦਰ ਸਿੰਘ ਗਿੱਲ ਲੱਭ ਲਿਓ, ਅਤੇ ਕਾਫੀ ਕੁਛ ਉਹਨਾਂ ਪੋਸਟ ਦੇ ਵਿੱਚ ਹੈ। ਫਿਰ ਵੀ ਥੋੜ੍ਹਾ ਜਿਹਾ ਰਿਪੀਟ ਕਰ ਦਿੰਦਾ, ਤੁਸੀਂ ਕੀ ਸਿੰਪਲ ਕਰਨਾ, ਆਪਣੇ ਹੈਂਕੀ ਲਓ, ਉਹਦੇ ਉੱਪਰ ਤੁਸੀਂ ਪਲੇਸ ਕਰੋ ਨੈਪਕਿਨ, ਇਹਨੂੰ ਅੰਦਰ ਨੂੰ ਫੋਲਡ ਕਰ ਲਓ, ਫਿਰ ਇੱਕ ਫੋਲਡ ਕਰ ਲਓ, 4 ਤਹਿਾਂ ਫੈਬਰਿਕ ਦੀਆਂ, 4 ਤਹਿਾਂ ਪੇਪਰ ਦੀਆਂ, ਇਹਨੂੰ ਸਿਕਿਓਰਲੀ ਤੁਸੀਂ ਬੰਨ ਲਓ। ਕਿੱਟ ਦੇ ਵਿੱਚ ਆਪਣੇ ਨੈਪਕਿਨ ਵਿੱਚ ਹੋਣੇ ਚਾਹੀਦੇ ਨੇ, ਸੈਨੇਟਾਈਜ਼ਰ ਹੋਣਾ ਚਾਹੀਦਾ, ਹੈਂਡਬੈਗ ਹੋਣਾ, ਕੈਰੀ ਬੈਗ ਹੋਣਾ ਚਾਹੀਦਾ, ਤਾਂ ਕਿ ਜਦੋਂ ਆਪਾਂ ਕੋਈ ਸੌਦਾ ਲਈਏ ਉੱਥੇ ਟਰੋਲੀ ਨਹੀਂ ਯੂਜ਼ ਕਰਨੀ। ਮੇਰੀ ਕੌਂਸ਼ੀਅਸ ਇਹ ਕਹਿੰਦੀ ਹੈ ਕਿ ਏਅਰਪੋਰਟਾਂ 'ਤੇ ਜਿਹੜੀਆਂ ਟਰੋਲੀਜ਼ ਦੇ ਹੈਂਡਲ ਬਾਰਸ 'ਤੇ ਕੋਈ ਵਾਇਰਸ ਛੱਡਦਾ ਰਿਹਾ, ਕੋਈ ਚੱਕਦਾ ਰਿਹਾ ਜਾਂ ਟੂਟੀਆਂ ਦੇ ਉੱਪਰੋਂ, ਉੱਥੋਂ ਬਹੁਤ ਜ਼ਿਆਦਾ ਫੈਲਿਆ। ਆਪਣੀ ਤੁਸੀਂ ਥੈਲੇ ਦੇ ਵਿੱਚ ਗਰੋਸਰੀ ਪਾਓ, ਉਸ ਤੋਂ ਬਾਅਦ ਹੁਣ ਪੇਮੈਂਟ ਕਰਨੀ ਹੈ। ਪੇਮੈਂਟ ਤੁਸੀਂ ਪਹਿਲਾਂ ਜਿਹੜੀ ਕਢਾ ਕੇ ਰੱਖਦੇ ਹੋ, ਥੋੜ੍ਹੇ ਦਿਨ ਪਈ ਰਹਿਣ ਦਿਉ, ਫਿਰ ਵੀ ਤਾਜ਼ੀ ਵੀ ਆਪਾਂ ਨੂੰ ਯੂਜ਼ ਕਰਨੀ ਪਵੇ ਤਾਂ ਸੰਗੋ ਨਾ, ਪੇਪਰ ਦੀ ਤਹਿ ਦੇ ਵਿੱਚ ਤੁਸੀਂ ਕਰੰਸੀ ਨੋਟ ਰੱਖ ਕੇ ਲੈ ਜਾਓ, ਐਵੇਂ ਹੀ ਔਫਰ ਕਰੋ, ਬਕਾਇਆ ਇਹਦੇ ਵਿੱਚ ਹੀ ਲਓ, ਇਹਨੂੰ ਸਿਕਿਓਰਲੀ ਕਰਕੇ ਆਪਣੀ ਵਹੀਕਲ 'ਚ ਰੱਖ ਲਓ। ਧਿਆਨ ਰੱਖੋ ਆਪਣੇ ਮੋਬਾਈਲ, ਆਪਣੀ ਚਾਬੀ ਕਾਰ ਦੇ ਟੱਚ ਕਰਨ ਤੋਂ ਪਹਿਲਾਂ ਆਪਣੇ ਹੱਥਾਂ ਨੂੰ ਸੈਨੇਟਾਈਜ਼ ਜ਼ਰੂਰ ਕਰੋ। ਹੁਣ ਆਪਾਂ ਆਪਣੇ ਘਰ ਦੇ ਦਿਹਾੜੀ 'ਤੇ ਪਹੁੰਚੇ ਹਾਂ, ਸਭ ਤੋਂ ਜ਼ਰੂਰੀ ਗੱਲ ਉੱਥੇ ਆਪਣੇ ਕੱਪੜੇ, ਆਪਣੇ ਸ਼ੂਜ਼ ਲਾ ਕੇ ਉੱਥੇ ਰੱਖ ਦਿਓ, ਹੈਂਡਸ ਨੂੰ ਮਲਟੀਪਲ ਟਾਈਮਸ ਧੋ ਲਓ, ਆਪਣਾ ਫੇਸ ਪ੍ਰੋਪਰਲੀ ਧੋਵੋ, ਫਿਰ ਆਪਣੇ ਗਰਾਰੇ ਕਰੋ ਨਮਕ ਵਾਲੇ ਪਾਣੀ ਦੇ, ਕੋਸੇ ਪਾਣੀ ਦੇ ਨਾਲ, ਫਿਰ ਸ਼ਹਿਦ ਦਾ 1/2 ਚਮਚ ਆਪਣੇ ਮੂੰਹ 'ਚ ਰੱਖੋ, ਹੌਲੀ ਹੌਲੀ ਤੁਸੀਂ ਨਿਘਾਰੋ ਤਾਂ ਕਿ ਉਹ ਡਿਸਇਨਫੈਕਟ ਕਰ ਦੇਵੇ ਤੁਹਾਡੇ ਥਰੋਟ ਨੂੰ, ਉਹਨੂੰ ਵਾਇਰਸ ਨੂੰ ਡੀਹਾਈਡਰੇਟ ਕਰਕੇ। ਫਿਰ ਉਹ ਜਿਹੜੀ ਸਬਜ਼ੀ ਤੁਸੀਂ ਲੈ ਕੇ ਆਏ ਹੋ ਉਹਨੂੰ ਤੁਸੀਂ ਰਿੰਸ ਕਰ ਦਿਉ ਪਾਣੀ ਦੇ ਵਿੱਚ, ਜਿਹਦੇ 'ਚ ਥੋੜ੍ਹਾ ਬੇਕਿੰਗ ਸੋਡਾ ਪਾ ਦਿਉ ਤਾਂ ਕਿ ਉਹ ਕੈਮੀਕਲ ਅਤੇ ਵਾਇਰਸ ਡਿਸੋਲਵ ਹੋ ਜਾਵੇ, ਚੱਲਦੇ ਪਾਣੀ 'ਚ ਧੋ ਕੇ ਫਿਰ ਵੀ 2 ਦਿਨ ਬਾਅਦ ਹੀ ਬਣਾਉਣ ਦੀ ਕੋਸ਼ਿਸ਼ ਕਰੋ। ਕਰਿਆਨੇ ਦੇ ਸਮਾਨ ਤਾਂ ਤੁਸੀਂ ਹਫ਼ਤਾ 10 ਦਿਨ ਵਾਸਤੇ ਸਾਈਡ 'ਤੇ ਰੱਖ ਦਿਉ, ਕੁਆਰੰਟਾਈਨ ਕਰ ਦਿਉ, ਆਪਾਂ ਨਹੀਂ ਹੋਣਾ ਵਾਇਰਸ, ਇਹਨੂੰ ਕਰਨਾ ਆਪਣੇ ਸਮਾਨ ਨੂੰ ਕੁਆਰੰਟਾਈਨ ਕਰਨਾ ਤਾਂ ਕਿ ਘੱਟ ਤੋਂ ਘੱਟ ਆਪਾਂ ਇਸ ਵਾਇਰਸ ਦੇ ਟੱਚ 'ਚ ਰਹਿ ਸਕੀਏ। ਇਸ ਤਰ੍ਹਾਂ ਦੀਆਂ ਸਖਤ ਪਾਬੰਦੀਆਂ, ਹੁਣ ATM ਯੂਜ਼ ਕਰਨਾ, ਨੈਪਕਿਨ ਨਾਲ ਹੀ ਤੁਸੀਂ ਉਹਨੂੰ ਗੇਟ ਨੂੰ ਖੋਲ੍ਹਣਾ, ਆਪਣੇ ਫਿੰਗਰ 'ਤੇ ਨੈਪਕਿਨ ਦਾ ਪੀਸ ਲਪੇਟ ਕੇ ਤੁਸੀਂ ਜਿਹੜੇ ਹੈਗੇ ਨੇ ਉਹ ਬਟਨ ਪ੍ਰੈਸ ਕਰਨੇ ਨੇ, ਫਿਰ ਉਹਨੂੰ ਤੁਸੀਂ ਪ੍ਰੋਪਰਲੀ ਡਿਸਪੋਜ਼ ਕਰ ਦੇਣਾ ਨੈਪਕਿਨ ਨੂੰ, ਅਤੇ ਇਸ ਤਰ੍ਹਾਂ ਕਰਕੇ ਆਪਣੀ ਇਮਿਊਨਿਟੀ ਨੂੰ ਬੂਸਟ ਕਰੋ। ਉਹਦੇ ਵਾਸਤੇ ਪ੍ਰਾਣਾਯਾਮ ਕਰੋ, ਆਪਣੀ ਕਿਚਨ ਦੇ ਵਿੱਚ ਕਿੰਨਾ ਕੁਛ ਹੈ, ਆਪਣਾ ਲਸਣ ਹੈ, ਅਦਰਕ ਹੈ, ਤੁਲਸੀ ਹੈ, ਨਿੰਮ ਹੈ, ਕਾਲੀ ਮਿਰਚ ਹੈ, ਔਲਾ ਹੈ ਜਾਂ ਵਿਟਾਮਿਨ ਸੀ ਦਾ ਹੋਰ ਵੀ ਤੁਹਾਡੇ ਕੋਲ ਕੁਛ ਹੈਗਾ, ਇਹਨੂੰ ਤੁਸੀਂ ਲਓ, ਸਟਰੋਂਗ ਕਰੋ, ਜਿੱਤਾਂਗੇ ਤਾਂ ਸਾਰੇ ਲੜਾਈ ਇਕੱਠੇ ਜਿੱਤਾਂਗੇ, ਕਿਉਂਕਿ ਜੇਕਰ ਕੋਈ ਹੋਰ ਗੱਲ ਹੋ ਜਾਂਦੀ ਹੈ ਤਾਂ ਇਹ ਸਾਰਿਆਂ ਵਾਸਤੇ ਵਿਪਦਾ ਦਾ ਸਮਾਂ। ਇਸ ਵਾਇਰਸ ਦੀ ਤੁਸੀਂ ਜਿਹੜੀ ਹੈਗੀ ਹੈ ਤਾਕਤ ਨੂੰ ਪਛਾਣੋ, ਆਪਣੀ ਅਵੇਅਰਨੈਸ ਨਾਲ ਇਸ ਤੋਂ ਜ਼ਿਆਦਾ ਚੁਸਤ ਹੋਵੋ। ਆਪਣੇ ਸੈਲੂਲਰ ਲੈਵਲ ਦੀ ਜਿਹੜੀ ਇੰਟੈਲੀਜੈਂਸ ਹੈ ਉਹ ਹੈ ਇੱਕ ਜਿਹਨੂੰ ਕਹਿ ਦਈਏ ਮਿਨੀਏਚਰ ਟਰਮੀਨਲ, ਪੂਰੇ ਕੌਸਮਿਕ ਕੰਪਿਊਟਰ ਨਾਲ ਜੁੜਿਆ ਹੋਇਆ, ਔਰ ਇਸੇ ਟਰਮੀਨਲ ਨੂੰ ਇਹ ਵਾਇਰਸ ਹੈਕ ਕਰ ਲੈਂਦਾ। ਇਹਨੂੰ ਆਪਾਂ ਆਪਣੀ
ਇੰਟੈਲੀਜੈਂਸ ਦੇ ਨਾਲ ਹੀ ਜਿਹੜਾ ਹੈ ਟੈਕਲ ਕਰ ਸਕਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਗੱਲ ਸੱਚ ਹੋ ਕਿ ਲਾਈਕ ਬੇਸ਼ੱਕ ਨਾ ਕਰਿਓ, ਸ਼ੇਅਰ ਕਰੋ ਯਾਰ, ਗਰੀਬ ਬੰਦਿਆਂ ਤੱਕ ਪਹੁੰਚਾਓ। ਮੈਂ ਦੇਖ ਕੇ ਆਇਆ ਕੱਲ੍ਹ ਇੱਕ ਲੇਡੀ ਵਿਚਾਰੀ ਸੌਦਾ ਵੇਚ ਰਹੀ ਅਤੇ ਇੱਕ ਚੁੰਨੀ ਦਾ ਪੱਲਾ ਕਰਕੇ ਬੈਠੀ, ਇੰਨੀ ਅਨਅਵੇਅਰ, ਉਹ ਕੋਈ ਚੀਨੀ ਦੇ ਦਾਣੇ ਰੋਕਣੇ ਨੇ ਆਪਾਂ ਯਾਰ, ਪਲੀਜ਼ ਇਕੱਲੇ ਇਕੱਲੇ ਤੱਕ ਪਹੁੰਚਾ ਦਿਓ। ਮੈਂ ਵਟਸਐਪ 'ਤੇ ਵੀ ਪਾ ਦੂੰਗਾ, ਆਪਣਾ ਨੰਬਰ ਤੁਸੀਂ ਕਮੈਂਟ ਦੇ ਵਿੱਚ ਪਾ ਦਿਓ, ਔਰ ਵੱਧ ਤੋਂ ਵੱਧ ਤੁਸੀਂ ਲੋਕਾਂ ਤੱਕ ਆਪਣੇ ਲੈਵਲ 'ਤੇ ਪਹੁੰਚਾ ਦਿਓ ਜਾਣਕਾਰੀ। ਜਿਵੇਂ ਮਰਜ਼ੀ ਪਹੁੰਚਾਓ, ਪਹੁੰਚਾਓ ਜ਼ਰੂਰ, ਹਰ ਇੱਕ ਨੂੰ ਬਚਾਓ, ਸਾਰੇ ਬਚਾਓਗੇ, ਤੁਸੀਂ ਵੀ ਬਚੋਗੇ। ਵਾਹਿਗੁਰੂ ਜੀ ਕਾ ਖਾਲਸਾ।